ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਅਧੀਨ ਪੈਂਦੇ ਦਸ਼ਮੇਸ਼ ਨਗਰ 'ਚ ਮਾਂ ਧੀ ਦਾ ਅੱਜ ਕਤਲ ਕਰ ਦਿੱਤਾ ਗਿਆ ਹੈ। ਕਤਲ ਤੋਂ ਬਾਅਦ ਘਰ ਨੂੰ ਅੱਗ ਲਗਾਈ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਅਤੇ ਜਾਂਚ ਚੱਲ ਰਹੀ ਹੈ। ਕਤਲ ਕੀਤੀ ਗਈ ਔਰਤ ਦਾ ਨਾਮ ਗਗਨ ਵਰਮਾ ਹੈ, ਜੋ ਕਿ ਸਿੱਖਿਆ ਵਿਭਾਗ 'ਚ ਨੌਕਰੀ ਕਰਦੀ ਸੀ ਅਤੇ ਉਸਦੀ ਧੀ ਬੀਐਡ ਦੀ ਵਿਦਿਆਰਥਣ ਸੀ। ਗਗਨ ਵਰਮਾ ਜੰਡਿਆਲਾ ਗੁਰੂ ਦੇ ਸਰਕਾਰੀ ਸਕੂਲ ਵਿਖੇ ਹੈੱਡ ਕਲਰਕ ਵਿਖੇ ਨੌਕਰੀ ਕਰਦੀ ਸੀ। ਬੀਤੀ ਰਾਤ ਕਰੀਬ 1 ਵਜੇ ਉਸਦੇ ਘਰ ਵਿੱਚ ਲੋਕਾਂ ਨੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਤਾਂ ਘਰ ਦਾ ਦਰਵਾਜ਼ਾ ਖੋਲ੍ਹਿਆ। ਇਸ ਮੌਕੇ ਤੱਕ ਗਗਨ ਵਰਮਾ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਸੀ, ਜਦੋਂ ਤੱਕ ਉਸਦੀ ਧੀ ਵੀ ਨਗਨ ਹਾਲਤ ਵਿੱਚ ਸੜੀ ਹੋਈ ਪਈ ਸੀ। ਪਤਾ ਲੱਗਾ ਹੈ ਕਿ ਮਾਂ ਧੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਹੈ ਅਤੇ ਫਿਰ ਉਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਹੀ ਦੋਵਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਮ੍ਰਿਤਕ ਗਗਨ ਦਾ 2 ਵਾਰ ਵਿਆਹ ਅਤੇ 2 ਵਾਰ ਹੀ ਤਲਾਕ ਹੋ ਚੁੱਕਾ ਸੀ ਅਤੇ ਉਸਦਾ ਬੇਟਾ ਕੈਨੇਡਾ 'ਚ ਰਹਿੰਦਾ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਤ ਦਾ ਇੰਸੀਡੈਂਟ ਹੋਇਆ ਜੀ, ਅੱਗ ਲੱਗੀ ਹੈ। ਉਸ ਲੇਡੀਜ਼ ਦੀ ਡੈਡ ਬਾਡੀ ਵੀ ਮਿਲੀ ਹੈ ਆਪਾਂ ਨੂੰ, ਦੋਨੇ ਮਾਵਾਂ ਧੀਆਂ ਰਹਿੰਦੀਆਂ ਸੀ, ਉਹ ਮਿਲੀ ਹੈ। ਉਹ ਇਨਵੈਸਟੀਗੇਸ਼ਨ ਕਰ ਰਹੇ ਸਾਰੇ ਅਫਸਰ ਅਤੇ ਡੈਡ ਬਾਡੀ ਦਾ ਪੋਸਟਮਾਰਟਮ ਕਰਾ ਕੇ ਸਾਰਾ ਗੱਲ ਕਲੀਅਰ ਹੋ ਜਾਏਗੀ ਕਿਸ ਤਰ੍ਹਾਂ ਇਹ ਹੋਇਆ। ਨਹੀਂ, ਮੋਬਾਈਲ ਵਗੈਰਾ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਕਲੀਅਰ ਨਹੀਂ ਹੋਈ, ਚੱਲ ਰਹੀ ਹੈ, ਅਫਸਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਸਾਰੇ। ਬਹੁਤ ਦਰਦਨਾਕ ਹਾਦਸਾ ਹੋਇਆ ਜੀ, ਬਾਕੀ ਇਹ ਬਹੁਤ ਮੰਦਭਾਗੀ ਆ ਹੋਈ ਆ ਘਟਨਾ ਇੱਥੇ। ਬਾਕੀ ਕਹਿਣਾ ਕੀ ਹੈ ਕਿ ਦੋਸ਼ੀਆਂ ਦੀ ਜਾਂਚ ਹੋਣੀ ਚਾਹੀਦੀ ਆ, ਕਿ ਬਹੁਤ ਜਿਹੜਾ ਹੋਇਆ ਵਾ ਬਹੁਤ ਮਾੜਾ ਕੰਮ। ਇਹਨਾਂ ਦਾ ਇੱਕ ਬੇਟਾ ਅਤੇ ਮਾਂ ਅਤੇ ਸੀਗੀ, ਬੇਟੀ ਸੀਗੀ। ਬੇਟਾ ਥੋੜ੍ਹੇ ਦਿਨਾਂ ਤੋਂ ਬਾਹਰ ਆ ਅਤੇ ਰਾਤੀ ਤਾਂ ਇਕੱਲੀਆਂ ਸੀ ਮਾਂ ਬੇਟੀਆਂ। ਬਿਊਰੋ ਰਿਪੋਰਟ, ਪੰਜਾਬ ਟੂਡੇ।